ਆਂਡੇ ਵਾਸਤੇ ਦੁਨੀਆਂ 'ਚ ਕੋਈ ਪੈਸਟੀਸਾਈਡ ਜਿਹੜਾ ਹਾਲੇ ਤੱਕ ਨਹੀਂ ਬਣਿਆ, ਕੋਈ ਸਪਰੇਅ ਨਹੀਂ ਬਣੀ, ਪਰ ਕੁਦਰਤ ਵਿੱਚ ਜੀਵ ਹੈ ਇੱਕ, ਉਹਨੂੰ ਪਰਜੀਵੀ ਕਹਿੰਦੇ ਆ। ਇਹ ਪਰਜੀਵੀ ਜਿਹੜੇ ਕੀੜੇ ਹੁੰਦੇ ਆ, ਉਹ ਆਂਡੇ ਜਿਹੜੇ ਕੁਛ ਕੀੜੇ ਆ ਉਹਨਾਂ ਦੇ ਆਂਡੇ ਦੇ ਵਿੱਚ ਹੀ ਆਪਣਾ ਆਂਡਾ ਦਿੰਦੇ। ਜਿੱਦਾਂ ਗੰਨੇ ਵਿੱਚ ਤੁਸੀਂ ਟਰਾਈਕੋ ਕਾਰਡ ਸੁਣਿਆ ਹੋਣਾ, ਮੱਕੀ ਵਾਸਤੇ ਯੂਨੀਵਰਸਿਟੀ ਵਾਲੇ ਕਹਿੰਦੇ ਕਿ ਟਰਾਈਕੋ ਕਾਰਡ ਹੈ। ਉਹ ਇੱਕ ਕੀੜਾ ਹੁੰਦਾ ਜਿਹੜਾ ਆਪਣੇ ਬੱਚੇ ਆ ਉਹ ਜਿਹੜੇ ਗਣੂਏ ਦੀ ਗੰਨੇ ਦਾ ਕਮਾਦ ਦਾ ਗਣੂਆ ਜਿਹੜਾ ਹੁੰਦਾ ਉਹਦੇ ਆਂਡੇ ਦੇ ਵਿੱਚ ਆਪਣਾ ਆਂਡਾ ਦਿੰਦਾ। ਉਹ ਅੰਦਰੋਂ ਹੀ ਉਹਨੂੰ ਆਂਡਾ ਸਟੇਜ 'ਤੇ ਖਤਮ ਕਰਦਾ, ਸੁੰਡੀ ਵੀ ਨਹੀਂ ਬਣ ਦਿੰਦਾ। ਗੰਨੇ ਦੇ ਵਿੱਚ ਹੋ ਗਿਆ, ਤੁਹਾਡੇ ਝੋਨੇ ਦੇ ਵਿੱਚ ਹੋ ਗਿਆ, ਮੱਕੀ ਦੇ ਵਿੱਚ ਹੋ ਗਿਆ, ਸਬਜ਼ੀਆਂ ਦਾ ਵੀ ਅਸੀਂ ਗੱਲ ਕੀਤੀ ਵੀ ਹੋ ਸਕਦਾ ਉਹ ਕੀੜਾ ਵੀ ਕਿਤੇ ਮਿਲ ਜਾਵੇ। ਵਿਗਿਆਨੀ ਉੱਤੇ ਵੀ ਖੋਜ ਕਰ ਰਹੇ ਆ ਕਿ ਆਂਡਾ ਸਟੇਜ 'ਤੇ ਖਤਮ ਕਰਦੇ, ਨੁਕਸਾਨ ਸੁੰਡੀ ਨੇ ਕਰਨਾ ਸੀ, ਇੱਥੇ ਖਤਮ ਕਰ ਦਿੱਤਾ। ਇਹ ਜਿਹੜੇ ਪਰਜੀਵੀ ਕੀੜੇ ਆ ਇਹਨਾਂ ਦੀ ਸਾਨੂੰ ਪਛਾਣ ਨਹੀਂ, ਬਹੁਤ ਛੋਟੇ ਛੋਟੇ ਕੀੜੇ ਹੁੰਦੇ। ਕਿਤਾਬਾਂ ਪੜ੍ਹਾਂਗੇ ਤਾਂ ਸਾਨੂੰ ਇਹਦੇ ਬਾਰੇ ਵੀ ਨੌਲੇਜ ਹੋ ਜਾਵੇਗੀ। ਸੁੰਡੀ ਨੂੰ ਖਾਣ ਲਈ ਪਰਭਕਸ਼ੀ ਕੀੜੇ ਹੁੰਦੇ ਆ, ਪਰਜੀਵੀ ਕੀੜੇ ਹੁੰਦੇ ਆ। ਪਰਭਕਸ਼ੀ ਜਿਹੜੇ ਹੁੰਦੇ ਆ ਉਹ ਵੀ ਅਲੱਗ ਅਲੱਗ ਤਰ੍ਹਾਂ ਹੁੰਦੇ, ਕੁਝ ਖਾਣ ਵਾਲੇ ਜਿਹੜੇ ਉਹਨੂੰ ਖਾਂਦੇ ਆ, ਕੁਛ ਇੱਦਾਂ ਦੇ ਕੀੜੇ ਹੁੰਦੇ ਆ ਜਿਹੜੇ ਉਹਨਾਂ ਦਾ ਖੂਨ ਚੂਸਦੇ ਆ। ਜਿੱਦਾਂ ਅਸੀਂ ਚੇਤੇ ਦੀ ਗੱਲ ਕਰਦੇ ਸੀ, ਪਰਭਕਸ਼ੀ ਕੀੜੇ ਕਿਹੜੇ ਕਿਹੜੇ ਹੈਗੇ ਆ, ਇੱਕ ਤਾਂ ਹੋ ਗਏ ਲੇਡੀ ਬੀਟਲ, ਦੂਸਰਾ ਹੋ ਗਿਆ ਤੁਹਾਡੀ ਇੱਕ ਸਿਰਫਿਟ ਫਲਾਈ। ਇਹ ਦੋਨੇ ਕੀੜੇ ਆ ਜਿਹੜੇ ਲੇਡੀ ਬੀਟਲ ਆ ਇਹਦਾ ਬੱਚਾ ਵੀ ਜਿਹੜਾ ਚੇਪੇ ਨੂੰ ਖਾਂਦਾ, ਇਹ ਜਦੋਂ ਪਤੰਗਾ ਬਣ ਜਾਂਦਾ ਭੂੰਡੀ ਬਣ ਜਾਂਦੀ ਆ ਉਹ ਵੀ ਚੇਪੇ ਨੂੰ ਖਾਂਦੀ। ਸਿਰਫਿਟ ਫਲਾਈ ਦਾ ਜਿਹੜਾ ਬੱਚਾ ਆ ਉਹ ਚੇਪੇ ਨੂੰ ਖਾਂਦਾ, ਜਿਹੜੀ ਉਹਦੀ ਸੁੰਡੀ ਹੁੰਦੀ, ਹਰੇ ਜਿਹੇ ਰੰਗ ਦੀ ਛੋਟੀ ਜਿਹੀ ਸੁੰਡੀ ਹੁੰਦੀ ਆ, ਪਿੱਛੇ ਮੋਟੀ ਹੁੰਦੀ ਆ ਔਰ ਅੱਗੇ ਉਹਦਾ ਮੂੰਹ ਛੋਟਾ ਹੁੰਦਾ। ਉਹ ਇੱਦਾਂ ਚੱਕ ਕੇ ਚੇਪੇ ਨੂੰ ਉਲਾਰ ਉਲਾਰ ਕੇ ਖਾਂਦੀ। ਜਦੋਂ ਪਤੰਗਾ ਬਣ ਜਾਂਦਾ ਉਹ ਰਸ ਚੂਸਣ ਲੱਗ ਜਾਂਦਾ। ਫਿਰ ਡਾਕਟਰ ਸਾਹਿਬ ਵਾਲੀ ਗੱਲ ਆ ਕਿ ਜਦੋਂ ਉਹ ਜਵਾਨੀ 'ਚ ਸੀ, ਜਦੋਂ ਸੁੰਡੀ ਸੀ, ਉਦੋਂ ਸਾਡਾ ਮਿੱਤਰ ਸੀ, ਰਸ ਚੂਸਣ ਵਾਲੇ ਨੂੰ ਅਸੀਂ ਦੁਸ਼ਮਣ ਕਹਿੰਦੇ ਹਾਂ, ਜਦੋਂ ਉਹ ਪਤੰਗਾ ਬਣਿਆ ਉਹ ਸਾਡਾ ਦੁਸ਼ਮਣ ਬਣ ਗਿਆ। ਹੁਣ ਦੱਸੋ ਮਿੱਤਰ ਦੁਸ਼ਮਣ ਕਿਹਨੂੰ ਸਮਝ ਲਈਏ? ਇਸ ਕਰਕੇ ਉਹਨੇ ਇਹ ਸਾਰਾ ਕੁਛ ਖਤਮ ਕਰਤਾ ਕਿ ਨਾ ਕੋਈ ਮਿੱਤਰ ਆ ਤੇ ਨਾ ਦੁਸ਼ਮਣ ਆ, ਕੀੜੇ ਦੋਈ ਆ, ਸ਼ਾਕਾਹਾਰੀ ਤੇ ਮਾਸਾਹਾਰੀ। ਫਿਰ ਇਹਦੇ ਜਿਹੜੇ ਪਰਜੀਵੀ ਹੁੰਦੇ ਆ, ਇੱਕ ਅਫੀਡੀਅਸ ਨਾਮ ਦਾ ਕੀੜਾ ਹੁੰਦਾ, ਇਹਦੀ ਮੱਖੀ ਜਿਹੜੀ ਆ ਉਹ ਚੇਪਾ ਜਿੱਥੇ ਬੈਠਾ ਹੁੰਦਾ ਉਹਦੇ ਸਰੀਰ 'ਚ ਉਹਨੇ ਡੰਗ ਮਾਰ ਕੇ ਆਪਣਾ ਆਂਡਾ ਉਹਦੇ ਸਰੀਰ 'ਚ ਦੇਣਾ ਹੁੰਦਾ। ਉਸ ਆਂਡੇ 'ਚ ਉਹਦੀ ਵੀ ਸੁੰਡੀ ਬਣਦੀ ਹੈ, ਜੀਵਨ ਕਾਲ ਸਾਰਿਆਂ ਦੇ ਹੀ, ਮਿੱਤਰ ਹੋਵੇ, ਦੁਸ਼ਮਣ ਹੋਵੇ, ਮਾਸਾ ਹੋਵੇ, ਸ਼ਾਕਾਹਾਰੀ ਹੋਵੇ, ਉਹਨੇ ਅੰਦਰੋਂ ਅੰਦਰੀ ਚੇਪੇ ਨੂੰ ਖਾ ਲੈਣਾ। ਖਾ ਕੇ ਉਹਦੇ ਸਰੀਰ ਵਿੱਚ ਇੱਕ ਸੁਰਾਖ ਕਰਕੇ ਉਹਦੇ ਵਿੱਚੋਂ ਨਿਕਲ ਜਾਣਾ, ਭੂੰਡੀ ਬਣਨੀ ਆ, ਉਹਦੇ ਮੱਖੀ ਬਣ ਜਾਣੀ ਆ, ਫਿਰ ਉਹ ਉਸ ਮੱਖੀ ਨੇ ਮੀਟਿੰਗ ਕਰਨੀ ਆ, ਫਿਰ ਉਹਨੇ ਚੇਪੇ ਲੱਭਣੇ ਆ, ਚੇਪਿਆਂ ਦੇ ਸਰੀਰ 'ਚ ਜਾ ਕੇ ਫਿਰ ਆਂਡੇ ਦੇਣੇ। ਇਹਦੇ ਵਾਸਤੇ ਪੈਸਟੀਸਾਈਡ ਬਣੇ ਹੁੰਦੇ ਆ, ਦੇਖੋ ਤੁਸੀਂ ਸ਼ੀਸ਼ਿਆਂ 'ਤੇ ਲਿਖਿਆ ਹੁੰਦਾ 80-85% ਵੀ ਮਾਰਕ ਕਸ਼ਮਤਾ ਹੈਗੀ, ਤਾਂ ਵਿਗਿਆਨੀ ਕਹਿੰਦੇ 1% ਪੈਸਟੀਸਾਈਡ ਜਿਹੜਾ ਟਾਰਗੇਟ ਕੀੜੇ 'ਤੇ ਪਹੁੰਚਦਾ। ਪਰ ਕੁਦਰਤ ਦੇ ਵਿੱਚ 3 ਤਰ੍ਹਾਂ ਦੇ ਕੀੜੇ ਆ, ਜੀਨ ਦੇ ਵਿੱਚ ਜਿਹੜਾ ਉਹਨੇ ਜਿਹੜੀ ਲੇਡੀ ਬੀਟਲ ਆ 18 ਤਰ੍ਹਾਂ ਦੀਆਂ ਲੇਡੀ ਬੀਟਲ ਲੱਭ ਲਈਆਂ ਨੇ। ਚੇਪਾ ਇੱਕ ਕੀੜਾ, 18 ਤਰ੍ਹਾਂ ਦੀਆਂ ਲੇਡੀ ਬੀਟਲ, ਸਿਰਫਿਟ ਫਲਾਈ ਵੀ 2 ਤਰ੍ਹਾਂ ਦੀ ਆ, ਅਫੀਡੀਅਸ ਆ, ਮਤਲਬ 20-22 ਕੀੜੇ ਤਾਂ ਉਹਨਾਂ ਨੂੰ ਪਤਾ ਆ, ਪਰ ਕੁਦਰਤ ਦੇ ਵਿੱਚ ਪਤਾ ਨਹੀਂ ਕਿੰਨੇ ਸਾਰੇ ਇੱਦਾਂ ਦੇ ਕੀੜੇ ਹੋਣਗੇ। ਆ ਸਾਨੂੰ ਤਾਂ ਓਨਾ ਹੀ ਪਤਾ ਜਿੰਨਾ ਅਸੀਂ ਖੋਜ ਲਈ ਹੈ, ਬਾਕੀ ਤਾਂ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਕੀੜੇ ਹੋਣਗੇ। ਉਸ ਤੋਂ ਬਾਅਦ ਜਿਹੜਾ ਸੁੰਡੀ ਤੋਂ ਬਾਅਦ ਫਿਰ ਕੀੜਾ ਜਿਹੜਾ ਪਿਊਪਾ ਸਟੇਜ 'ਚ ਆ ਜਾਂਦਾ। ਪਿਊਪਾ ਸਟੇਜ ਦੇ ਵਿੱਚ ਆ ਕੇ ਇਹਨੇ ਕੋਈ ਖੁਰਾਕ ਨਹੀਂ ਖਾਣੀ ਹੁੰਦੀ, ਇਹ ਬੜੇ ਸਖ਼ਤ ਕੋਲ ਵਿੱਚ ਬੰਦ ਹੋ ਜਾਂਦਾ। ਇਹਦੇ ਲਈ ਵੀ ਦੁਨੀਆਂ 'ਚ ਕੋਈ ਜਿਹੜਾ ਪੈਸਟੀਸਾਈਡ ਨਹੀਂ ਬਣਿਆ, ਪਰ ਕੁਛ ਜਿਹੜੇ ਪਰਜੀਵੀ ਕੀੜੇ ਹੈਗੇ ਆ ਜਿਹੜੇ ਪਿਊਪੇ ਦੇ ਵਿੱਚ ਵੀ, ਕੁਛ ਕੀੜੇ ਜਿਹੜੇ ਸਬਜ਼ੀਆਂ ਵਿੱਚ ਕੀੜੇ ਆਉਂਦੇ ਉਹਨਾਂ ਦਾ ਕਿ ਉਹ ਪਰਜੀਵੀ ਏਦਾਂ ਦੇ ਹੁੰਦੇ ਪਿਊਪੇ ਨੂੰ ਵੀ ਖਾ ਜਾਂਦੇ, ਤੇ ਕੁਦਰਤ ਦੇ ਵਿੱਚ ਇਹਦਾ ਵੀ ਇਲਾਜ ਹੈ। ਉਸ ਤੋਂ ਬਾਅਦ ਪਤੰਗੇ, ਅਸੀਂ ਕਹਿੰਦੇ ਸਪਰੇਅ ਕਰਦੇ, ਪਤੰਗੇ ਉੱਡ ਕੇ ਚਲੇ ਜਾਣਗੇ, ਦਰਖਤਾਂ 'ਤੇ ਬਹਿ ਜਾਣਗੇ, ਦੂਜੇ ਦੇ ਖੇਤ ਚੱਲ ਜਾਣਗੇ, ਘਾਹ 'ਚ ਲੁੱਕ ਜਾਣਗੇ, ਘਰਾਂ ਦੇ ਵਿੱਚ ਆ ਜਾਣਗੇ। ਇਹਨੂੰ ਖਾਣ ਵਾਸਤੇ ਵੀ ਕੀੜੇ ਹੈਗੇ ਆ, ਔਰ ਪੰਛੀ ਜਿਹੜੇ ਆ ਸਭ ਤੋਂ ਵੱਧ ਇਹਦਾ ਸ਼ਿਕਾਰ ਕਰਦੇ, ਇਹਨੂੰ ਖਾਣ ਵਾਸਤੇ ਆ ਜਾਂਦੇ ਆ ਪੰਛੀ। ਇਹਦੇ ਵਿੱਚ ਵੀ ਜਿਹੜਾ ਇੱਕ ਪਰਭਕਸ਼ੀ ਕੀੜੇ ਪੰਛੀ ਆਉਂਦੇ, ਜਿਹੜੇ ਛੁੱਟੀਆਂ ਚਿੜੀਆਂ ਹੁੰਦੀਆਂ, ਸ਼ਾਮ ਨੂੰ ਤੁਸੀਂ ਪੂਰਾ ਸਾਲ ਦੇਖੋਗੇ ਚਿੜੀਆਂ ਜਿਹੜੀਆਂ ਤਾਰਾਂ 'ਤੇ, ਜਿਹੜੇ ਬਿਜਲੀ ਦੇ ਤਾਰਾਂ 'ਤੇ ਜਾਂ ਦਰੱਖਤਾਂ 'ਤੇ ਬੈਠੀਆਂ ਹੁੰਦੀਆਂ। ਪੰਛੀ ਜਿਹੜੇ ਆ ਉਹ ਪਤੰਗਾ ਖਾ, ਪਤੰਗੇ ਨੂੰ ਜਿਹੜੇ ਆ ਪੰਛੀ ਵੀ ਖਾ ਜਾਂਦੇ ਆ। ਝੋਨੇ ਦੇ ਵਿੱਚ ਇੱਕ ਤੁਸੀਂ ਉਹ ਹੈਲੀਕਾਪਟਰ ਉੱਡਦਾ ਦੇਖਿਆ ਹੋਣਾ।